ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਡੀਕੈਥਲੋਨ ਨੇ ਇੱਕ ਇਵੈਂਟ ਔਰਗਨਾਈਜ਼ ਕੀਤਾ ਹੈ ਜਿਹਦੇ ਵਿੱਚ ਈਕੋਸਿਖ ਦੇ ਵਾਲੰਟੀਅਰਸ ਦੇ ਨਾਲ ਸੰਕਲਪ ਇਨਵਾਇਰੋ ਦੇ ਬੱਚੇ, ਉਹਨਾਂ ਦੇ ਵਾਲੰਟੀਅਰਸ ਇਕੱਠੇ ਹੋ ਕੇ ਆਏ ਨੇ, ਲੋਕਾਂ ਨੂੰ ਇਨਵਾਇਰਮੈਂਟ ਦੀ ਸੁਰੱਖਿਆ ਕਰਨ ਬਾਰੇ ਜਾਗਰੂਕ ਕਰਨ ਆਏ ਨੇ। ਇਹਨਾਂ ਨੇ ਬੂਟਾ ਪ੍ਰਸਾਦ ਦਾ ਇੱਕ ਪ੍ਰੋਗਰਾਮ ਬਣਾਇਆ ਹੈ ਜਿਹੜਾ ਕਿ ਇੱਥੋਂ ਇੱਕ ਰੈਲੀ ਦੇ ਤੌਰ 'ਤੇ ਡੀਕੈਥਲੋਨ ਸਟੋਰ ਤੋਂ ਰੈਲੀ ਤੁਰੇਗੀ, ਕਿਪਸ ਮਾਰਕੀਟ ਤੱਕ ਜਾਏਗੀ, ਉੱਥੇ ਜਾ ਕੇ ਬੂਟਾ ਪ੍ਰਸਾਦ ਵੰਡਣਾ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਆਉਣ ਵਾਲਾ ਖਤਰਾ ਕੀ ਹੈ ਔਰ ਪੇੜ ਬੂਟੇ ਲਗਾਉਣੇ ਕਿੰਨੇ ਜ਼ਰੂਰੀ ਨੇ। ਇਹਦੇ ਵਿੱਚ ਅਸੀਂ ਇੱਕ ਹੋਰ ਉਪਰਾਲਾ ਕਰ ਰਹੇ ਹਾਂ ਕਿ ਲੋਕਾਂ ਨੂੰ ਸਿੱਖ ਇਨਵਾਇਰਮੈਂਟ ਡੇ 2018 ਭਲੀਭਾਂਤੀ ਮਨਾਉਣ ਦੀ ਉਹਨਾਂ ਵਿੱਚ ਇੱਕ ਸੂਚਨਾ ਜਾਵੇ, 14 ਮਾਰਚ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਟੀਮ ਡੀਕੈਥਲੋਨ ਫਿਰੋਜ਼ਪੁਰ ਰੋਡ ਲੁਧਿਆਣਾ ਹੈਜ਼ ਔਰਗਨਾਈਜ਼ਡ ਅ ਪਲਾਂਟ ਡਿਸਟ੍ਰੀਬਿਊਸ਼ਨ ਡਰਾਈਵ ਇਨ ਐਸੋਸੀਏਸ਼ਨ ਵਿਦ ਸੰਕਲਪ, ਈਕੋਸਿਖ ਐਂਡ ਖਾਲਸਾ ਏਡ। ਦ ਓਨਲੀ ਮੋਟਿਵ ਆਫ ਦਿਸ ਡਰਾਈਵ ਇਜ਼ ਦੈਟ ਵੀ ਵਾਂਟ ਟੂ ਗਿਵ ਦ ਅਵੇਅਰਨੈਸ ਅਬਾਊਟ ਦ ਸੇ ਅਬਾਊਟ ਸੇਵਿੰਗ ਦ ਮਦਰ ਅਰਥ ਫੋਰ ਅ ਸਸਟੇਨੇਬਲ ਡਿਵੈਲਪਮੈਂਟ। ਔਨ ਬਿਹਾਫ ਆਫ ਡੀਕੈਥਲੋਨ ਵੀ ਆਰ ਮੂਵਿੰਗ ਟੁਵਰਡਸ ਅ ਗ੍ਰੀਨ ਇੰਡੀਆ, ਨੋਟ ਜਸਟ ਅ ਗ੍ਰੀਨ ਇੰਡੀਆ ਬਟ ਆਈ ਵੁੱਡ ਸੇ ਵੀ ਆਰ ਮੂਵਿੰਗ ਟੁਵਰਡਸ ਪ੍ਰਿਜ਼ਰਵਿੰਗ ਅ ਪਲੈਨਟ, ਬਿਕੋਜ਼ ਇਫ ਯੂ ਵਾਂਟ ਟੂ ਪ੍ਰੋਟੈਕਟ ਆਰ ਸੈਲਵ ਇਨ ਫਿਊਚਰ, ਇਫ ਯੂ ਵਾਂਟ ਟੂ ਪਲੇ, ਇਫ ਯੂ ਵਾਂਟ ਟੂ ਇੰਜੋਏ ਆਰ ਲਾਈਫ, ਦ ਓਨਲੀ ਵੇ ਟੂ ਡੂ ਇਟ ਇਜ਼ ਦੈਟ ਇਫ ਵੀ ਹੈਵ ਸੇਵਡ ਆਰ ਅਰਥ ਇਨ ਅ ਗ੍ਰੀਨ ਵੇ। The main motive of this drive is to create awareness among the people that how to save this earth. We are actually promoting through this, we are using the plastic bottles over here so that we can actually encourage people to reuse the plastic which is being wasted. It is actually non-biodegradable waste. So we are promoting this thing. We want to in future save the earth. The main motive of Decathlon worldwide is this thing only. In collaboration with Sankalp Enviro and Khalsa Aid and EcoSikh, we have pledged today that we will carry on this mission forward and we have pledged that we will plant a tree, everyone will plant, and we will distribute this plant within the general public who can also take a pledge from here that in future we are going to sustain this thing and how to preserve our earth for the future generations. Thank you.